ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਨਵੀਂ ਵੀਡੀਓ ਦੇਖਣ ਲਈ YouTube ਦੀ ਐਪ ਵਿੱਚ ਬੈਲ ਆਈਕਨ ਤੇ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਨਮੀਤ ਸਿੰਘ ਫਿਰ ਹਾਜ਼ਰ ਹੋ ਗਿਆ ਅੱਜ ਤੁਹਾਡੇ ਲਈ ਇੱਕ ਨਵਾਂ ਟ੍ਰੇਲਰ ਰਿਵਿਊ ਲੈ ਕੇ। ਸੋ ਹੋਰ ਤੁਹਾਡੇ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ? ਮਾਲਕ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਭ ਨੂੰ। ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ, ਕਿਉਂਕਿ ਮੈਂ ਇਸ ਚੈਨਲ ਤੇ ਪਾਉਣਾ ਟ੍ਰੇਲਰ ਰਿਵਿਊਜ਼ ਤੇ ਤੁਹਾਨੂੰ ਦਿੰਦਾ ਜੀ ਸਿਨੇਮਾ ਅਪਡੇਟਸ। ਅੱਜ ਆਪਾਂ ਰਲ ਕੇ ਦੇਖਾਂਗੇ ਜੀ ਜਿੰਦੂਆ ਮੂਵੀ ਦਾ ਟ੍ਰੇਲਰ। ਸੋ ਉਸ ਤੋਂ ਬਾਅਦ ਉਹਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਸੋ ਆਓ ਜੀ ਪਹਿਲਾਂ ਟ੍ਰੇਲਰ ਦੇਖਦੇ ਹਾਂ। ਲਓ ਜੀ, ਹੇਅਰ ਵੀ ਗੋ। ਤੈਨੂੰ ਕੀ ਲੱਗਦਾ ਓਏ, ਤੈਨੂੰ ਕੀ ਲੱਗਦਾ ਮੈਨੂੰ ਛੱਡ ਗਈ ਤਾਂ ਮੈਨੂੰ ਕੁਝ ਹੋ ਜਾਊਗਾ? ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਚੰਗੇ ਮਾੜੇ ਦਾ ਤਾਂ ਪਤਾ ਨੀ, ਮੈਂ ਤਾਂ ਇਕੱਲੇ ਹੀ। ਸੋ ਇਹ ਸੀਗਾ ਜੀ ਜਿੰਦੂਆ ਮੂਵੀ ਦਾ ਟ੍ਰੇਲਰ, ਜਿਹੜਾ ਆਪਾਂ ਸਭ ਨੇ ਰਲ ਕੇ ਹੁਣੇ ਇੱਥੇ ਦੇਖਿਆ। ਇੱਕ ਗੱਲ ਮੈਨੂੰ ਇਹਦੀ ਵਧੀਆ ਲੱਗੀ ਕਿ ਪੰਜਾਬੀ ਫਿਲਮਾਂ ਵਿੱਚ ਇੱਕ ਨਵਾਂ ਦੌਰ ਜਿਹੜਾ ਫਿਰ ਸ਼ੁਰੂ ਹੋ ਰਿਹਾ ਹੈ, ਕਾਮੇਡੀ ਨੂੰ ਛੱਡ ਕੇ, ਇੱਕ ਹੁਣ ਰੋਮੈਂਟਿਕ ਸਟੋਰੀਜ਼ ਨੂੰ ਛੱਡ ਕੇ ਕੁਝ ਸੀਰੀਅਸ ਰੋਮੈਂਟਿਕ ਫਿਲਮਾਂ ਵੀ ਬਣ ਰਹੀਆਂ ਨੇ। ਨਹੀਂ ਲੱਗੇ ਆਪਾਂ ਦੇਖਦੇ ਹਾਂ ਰੋਮੈਂਟਿਕ ਪਲੱਸ ਕਾਮੇਡੀ ਹੁੰਦੀਆਂ ਸੀ, ਜਿਨ੍ਹਾਂ ਵਿੱਚ ਸਟੋਰੀ ਕੋਈ ਖਾਸ ਮਜ਼ਬੂਤ ਨਹੀਂ ਹੁੰਦੀ ਸੀ। ਇਹ ਸਟੋਰੀ ਮੈਨੂੰ ਕਾਫੀ ਮਜ਼ਬੂਤ ਲੱਗ ਰਹੀ ਹੈ, ਜਿਹਦੀਆਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਫਿਲਮ ਤਾਂ ਹੀ ਹਿੱਟ ਹੋਏਗੀ ਜੇ ਉਹਦੀ ਜੋ ਸਟੋਰੀ ਆ ਉਹ ਮਜ਼ਬੂਤ ਹੋਵੇਗੀ। ਸੋ ਸਟੋਰੀ ਮੈਨੂੰ ਇਹਦੀ ਮਜ਼ਬੂਤ ਲੱਗਦੀ ਹੈ, ਫਿਲਮ ਵੀ ਮੈਨੂੰ ਹਿੱਟ ਹੋਣ ਵਾਲੀ ਲੱਗ ਰਹੀ ਹੈ। ਇਹ ਫਿਲਮ ਵਿੱਚ ਬੇਸਿਕਲੀ ਲਵ ਟ੍ਰਾਇੰਗਲ ਬਣ ਰਿਹਾ ਅਤੇ ਸਰਗੁਣ ਮਹਿਤਾ ਨੀਰੂ ਬਾਜਵਾ ਦੇ ਜਿੰਮੀ ਸ਼ੇਰਗਰ। ਅਤੇ ਪਿਆਰ ਚੀਜ਼ ਹੀ ਇਹੋ ਜਿਹੀ ਹੈ ਜੀ, ਜਿਹਨੂੰ ਹੁੰਦਾ ਉਹਨੂੰ ਪੁੱਛ ਕੇ ਦੇਖੋ। ਤੋ ਜਿਹੜੀ ਇਹ ਚੀਜ਼ ਹੈ ਨਾ, ਇਹ ਘਰ ਵਸਾ ਵੀ ਦਿੰਦੀ ਹੈ ਅਤੇ ਘਰ ਜਿਹੜੇ ਉਛਾੜ ਵੀ ਦਿੰਦੀ ਹੈ। ਤੋ ਇਹ ਸੀਗਾ ਜੀ ਟ੍ਰੇਲਰ ਅਤੇ ਮਿਊਜ਼ਿਕ ਵੀ ਮੈਨੂੰ ਇਹਦਾ ਵਧੀਆ ਲੱਗਿਆ। ਤੁਹਾਨੂੰ ਮਿਊਜ਼ਿਕ ਕਿੱਦਾਂ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ ਇਹਦਾ। ਅਤੇ ਇਹਦੇ ਜਿਹੜੇ ਸੌਂਗ ਵੀ ਉਹ ਕਾਫੀ ਜਲਦੀ ਰਿਲੀਜ਼ ਹੋਣ ਵਾਲੇ ਨੇ। ਜਿੰਮੀ ਸ਼ੇਰਗਿੱਲ ਕਾਫੀ ਟਾਈਮ ਬਾਅਦ ਪੰਜਾਬੀ ਫਿਲਮਾਂ ਵਿੱਚ ਆ ਰਹੇ। ਮੇਰੇ ਕੋਲ ਲਾਸਟ ਮੂਵੀ ਇਹਨਾਂ ਦੀ ਮੁੰਡੇ UK ਦੀ ਸੀ, ਮੈਨੂੰ ਜ਼ਿਆਦਾ ਯਾਦ ਨਹੀਂ ਗਾ, ਸ਼ਾਇਦ ਇਹੀ ਸੀਗੀ ਮੂਵੀ
ਇਹਨਾਂ ਦੀ ਲਾਸਟ। ਨੀਰੂ ਬਾਜਵਾ ਦੀ ਲਾਸਟ ਮੂਵੀ ਮੇਰੇ ਖਿਆਲ ਚੰਨੋ ਸੀਗੀ, ਜੋ ਕਿ ਵਧੀਆ ਨਹੀਂ ਚੱਲ ਪਾਈ, ਉਹ ਐਵਰੇਜ ਵਿੱਚ ਐਵਰੇਜ ਵੀ ਮੇਰੇ ਖਿਆਲ ਉਹਦਾ ਨੀਚੇ ਹੀ ਰਹੀ ਸੀ, ਕਹਿ ਸਕਦੇ ਆਪਾਂ ਫਲੋਪ ਰਹੀ ਸੀ। ਸੋ ਪੰਜਾਬੀ ਫਿਲਮਾਂ ਦਾ ਦੌਰ ਉੱਪਰ ਚੱਕਣ ਲਈ ਆਡੀਅੰਸ ਨੂੰ ਵੀ ਜਿਹੜਾ ਇਹਨਾਂ ਨੂੰ ਇਹੋ ਜਿਹੀਆਂ ਫਿਲਮਾਂ ਨੂੰ ਸਪੋਰਟ ਕਰਨਾ ਚਾਹੀਦਾ, ਜ਼ਰੂਰ ਦੇਖਣੀਆਂ ਚਾਹੀਦੀਆਂ। ਅਤੇ ਅੱਜ ਕੱਲ੍ਹ ਤਾਂ ਵੈਸੇ ਵੀ ਰਿਵਿਊ ਦੀ ਲੋੜ ਨਹੀਂ ਪੈਂਦੀ ਸੀ ਫਿਲਮਾਂ ਦੀ, ਕਿਉਂਕਿ ਨਾਲ ਦੀ ਨਾਲ ਬੰਦਾ ਦੇਖ ਕੇ ਆਉਂਦਾ ਅਤੇ ਫੇਸਬੁੱਕ 'ਤੇ ਉਹਦਾ ਰਿਵਿਊ ਪਾ ਦਿੰਦਾ। ਸੋ ਇਹ ਇੱਕ ਟ੍ਰੇਲਰ ਮੈਨੂੰ ਸੀ ਜੋ ਵਧੀਆ ਲੱਗਿਆ, ਅਤੇ ਇਹਨਾਂ ਆਪਣਾ ਅਮਰਿੰਦਰ ਗਿੱਲ ਨਾਲ ਜੋ ਜੋੜੀ ਸੀ ਸਰਗੁਣ ਮਹਿਤਾ ਦੀ ਅੰਗਰੇਜ਼ ਵਿੱਚ, ਉਹ ਵੀ ਬਹੁਤ ਵਧੀਆ ਸੀ, ਅਤੇ ਬੋਕਸ ਆਫਿਸ 'ਤੇ ਵੀ ਉਸ ਮੂਵੀ ਨੇ ਕਾਫੀ ਧਮਾਲਾਂ ਪਾਈਆਂ ਸੀ। ਹੁਣ ਜਿਹੜੀ ਇਹ ਜੋੜੀ ਆ, ਆਪਾਂ ਜਿੰਮੀ ਸ਼ੇਰਗਿੱਲ ਦੀ ਨੀਰੂ ਬਾਜਵਾ ਨੂੰ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ, ਬਟ ਸਰਗੁਣ ਮਹਿਤਾ ਨੂੰ ਜਿੰਮੀ ਸ਼ੇਰਗਿੱਲ ਨਾਲ ਆਪਾਂ ਪਹਿਲੀ ਵਾਰ ਇਸ ਫਿਲਮ ਵਿੱਚ ਦੇਖਣਾ। ਸੋ ਦੇਖਦੇ ਹਾਂ ਜੀ ਇਹ ਜਿਹੜੀ ਜੋੜੀ ਉਹ ਕੀ ਕਮਾਲ ਕਰਦੀ ਹੈ। ਸੋ ਤੁਸੀਂ ਨੀਚੇ ਕਮੈਂਟ ਜ਼ਰੂਰ ਕਰਕੇ ਦੱਸੋ ਮੈਨੂੰ ਕਿ ਮੈਂ ਹੋਰ ਕਿਸੇ ਟ੍ਰੇਲਰ ਦਾ ਰਿਵਿਊ ਕਰਾਂ, ਅਤੇ ਇਸ ਵੀਡੀਓ ਨੂੰ ਥੰਬਸ ਅਪ ਜ਼ਰੂਰ ਦਿਓ ਜੀ, ਬਿਕੋਜ਼ ਇਟਸ ਮੀਨਸ ਅ ਲੋਟ। ਠੀਕ ਹੈ ਜੀ, ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ, ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਟ੍ਰੇਲਰ ਰਿਵਿਊ 'ਤੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ। No, no, no.